ਸਭ ਤੋਂ ਪਹਿਲਾਂ ਜਸ ਪੰਜਾਬੀ ਦੇਖ ਰਹੇ ਸਮੁੱਚੇ ਦਰਸ਼ਕਾਂ ਨੂੰ ਹਰਵਿੰਦਰ ਰਿਆੜ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਦੋਸਤੋ, ਜਿਵੇਂ ਤੁਹਾਨੂੰ ਪਤਾ ਹੈ ਕਿ ਅਸੀਂ ਕਈ ਵਾਰੀ ਖਾਸ ਪ੍ਰੋਗਰਾਮ ਜਿਹੜੇ ਆ ਉਹ ਇੱਕਦਮ ਬਿਨਾਂ ਦੱਸੇ ਤੋਂ ਤੁਹਾਡੀ ਖਿਦਮਤ ਦੇ ਵਿੱਚ ਲੈ ਕੇ ਆਉਂਦੇ ਹਾਂ, ਔਰ ਕਈ ਮਹਿਕਦੀਆਂ ਸ਼ਖਸੀਅਤਾਂ ਜਿਹੜੀਆਂ ਨੇ ਉਹ ਸਾਡੇ ਸਟੂਡੀਓ ਦੇ ਵਿੱਚ ਤਸ਼ਰੀਫ ਫਰਮਾਨ ਹੁੰਦੀਆਂ ਨੇ। ਅੱਜ ਜਿਸ ਸ਼ਖਸੀਅਤ ਨੂੰ ਅਸੀਂ ਤੁਹਾਡੇ ਨਾਲ ਰੂਬਰੂ ਕਰਵਾਉਣਾ ਹੈ, ਉਹ ਸ਼ਖਸੀਅਤ ਪੰਜਾਬ ਦੀ ਸਪੋਰਟਸ ਦੀ ਇੱਕ ਬਹੁਤ ਵੱਡੀ ਸਿਰ ਕੱਢਵੀਂ ਸ਼ਖਸੀਅਤ ਹੈ, ਔਰ ਮੈਂ ਸਮਝਾਂਗਾ ਕਿ ਅਤੀਤ ਦੇ ਇਤਿਹਾਸ ਦੀਆਂ ਕਦਰਾਂ ਕੀਮਤਾਂ ਨੂੰ ਜੇਕਰ ਘੋਖਿਆ ਜਾਵੇ ਤਾਂ ਉਹਨਾਂ ਕਦਰਾਂ ਕੀਮਤਾਂ ਦੇ ਵਿੱਚੋਂ ਮੈਂ ਸਮਝਾਂਗਾ ਕਿ ਸਰਦਾਰ ਡਾਕਟਰ ਭੁਪਿੰਦਰ ਸਿੰਘ ਪੂਨੀਆ ਦਾ ਨਾਂ ਜਿਹੜਾ ਉਹ ਬੜੇ ਵੱਡੇ ਪੱਧਰ ਦੇ ਉੱਤੇ ਬੋਲਦਾ। ਸਪੋਰਟਸ ਕਾਲਜ ਜਲੰਧਰ ਜਦੋਂ ਸ਼ੁਰੂ ਹੋਇਆ ਤਾਂ ਖੇਡ ਖਿੱਤੇ ਦਾ ਇੱਕ ਇਹੋ ਜਿਹਾ ਕਾਲਜ ਸੀ ਕਿ ਜਿਸ ਦੇ ਵਿੱਚ ਮੈਂ ਸਮਝਾਂਗਾ ਕਿਸੇ ਵਿਦਿਆਰਥੀ ਦੇ ਦਾਖਲੇ ਵਾਸਤੇ ਵੀ ਵੱਡੀਆਂ ਵੱਡੀਆਂ ਸਿਫਾਰਿਸ਼ਾਂ ਦੀ ਲੋੜ ਪੈਂਦੀ ਸੀ, ਔਰ ਆਗਾਜ਼ ਪਲਾਂ ਦੇ ਵਿੱਚ ਪਹਿਲੀ ਅਪੁਆਇੰਟਮੈਂਟ ਪਹਿਲੇ ਪ੍ਰੋਫੈਸਰ ਜਿਹੜੇ ਸੀ ਐਜੂਕੇਸ਼ਨ ਦੇ ਡਾਕਟਰ ਭੁਪਿੰਦਰ ਸਿੰਘ ਪੂਨੀਆ ਸਪੋਰਟਸ ਕਾਲਜ ਜਲੰਧਰ ਦੇ ਵਿੱਚ ਲੱਗੇ। ਔਰ ਸਪੋਰਟਸ ਕਾਲਜ ਤੋਂ ਇਲਾਵਾ ਮੈਂ ਸਮਝਾਂਗਾ ਕਿ ਕਈ ਹੋਰ ਥਾਵਾਂ ਜਿਵੇਂ ਗੌਰਮੈਂਟ ਕਾਲਜ ਆਫ ਫਿਜ਼ੀਕਲ ਐਜੂਕੇਸ਼ਨ, ਔਰ ਉਸ ਤੋਂ ਇਲਾਵਾ ਰਜਿੰਦਰਾ ਕਾਲਜ, ਪਰ ਵਿੱਚ ਵਿਚਾਲੇ 5 ਸਾਲ 1963 ਦੇ ਵਿੱਚ ਜਦੋਂ ਸਪੈਸ਼ਲ ਇੱਕ ਜਿਹੜੀ 65 ਦੀ ਜੰਗ ਵਾਸਤੇ ਐਮਰਜੈਂਸੀ ਤੌਰ 'ਤੇ ਕਮਿਸ਼ਨ ਕਾਲ ਕੀਤੇ ਗਏ ਤਾਂ ਡੈਪੂਟੇਸ਼ਨ ਦੇ ਉੱਤੇ 5 ਸਾਲ ਫੌਜ ਦੇ ਵਿੱਚ ਵੀ ਰਹੇ, ਪਰ ਸਪੋਰਟਸ ਦਾ ਆਪਣਾ ਜਿਹੜਾ ਹੈ ਉਹ ਪਿੱਛਾ ਇਹਨਾਂ ਨੇ ਕਦੇ ਵੀ ਨਹੀਂ ਛੱਡਿਆ। ਔਰ ਇਹੀ ਚੀਜ਼ ਹੈ ਕਿ ਅੱਜ ਦੀ ਤਰੀਕ ਦੇ ਵਿੱਚ ਵੀ 85 ਵਰ੍ਹਿਆਂ ਦੀ ਉਮਰ ਦੇ ਵਿੱਚ ਵੀ ਜ਼ਿੰਦਗੀ ਦਾ ਬਾਕੀ ਸਮਾਂ ਜਿਹੜਾ ਉਹ ਬਕਾਇਦਾ ਤੌਰ ਦੇ ਉੱਤੇ ਆਨਰੇਰੀ ਤੌਰ ਦੇ ਉੱਤੇ ਫ੍ਰੀ ਜਿਹੜੀ ਮਸਤੂਆਣਾ ਦੀ ਜਿਹੜੀ ਸੰਸਥਾ ਹੈ ਉਸ 'ਤੇ ਲਗਭਗ 8 ਵਿੱਦਿਅਕ ਇੰਸਟੀਚਿਊਟ ਨੇ ਔਰ ਉਹਨਾਂ ਨੂੰ ਡੈਡੀਕੇਟਡ ਕੀਤਾ ਹੋਇਆ। ਔਰ ਇਸ ਵਾਸਤੇ ਮੈਂ ਧੰਨਵਾਦ ਕਰਾਂਗਾ ਡਾਕਟਰ ਅਵਤਾਰ ਸਿੰਘ ਟੀਨਾ ਹੋਰਾਂ ਦਾ, ਜਿਹੜੇ ਉਹਨਾਂ ਨੂੰ ਨਾਲ ਲੈ ਕੇ ਆਏ ਨੇ, ਕਿਉਂਕਿ ਡਾਕਟਰ ਟੀਨਾ ਸਾਡੇ ਬਹੁਤ ਹੀ ਨਿੱਘੇ ਦੋਸਤਾਂ ਦੇ ਵਿੱਚੋਂ ਇੱਕ ਹੈ। ਔਰ ਨਾਲ ਦੀ ਨਾਲ ਡਾਕਟਰ ਟੀਨਾ ਵੀ ਇੱਥੇ ਆਏ ਨੇ, ਡਾਕਟਰ ਭੁਪਿੰਦਰ ਸਿੰਘ ਪੂਨੀਆ ਔਰ ਡਾਕਟਰ ਅਵਤਾਰ ਸਿੰਘ ਟੀਨਾ। ਜਿੱਥੇ ਮੈਂ ਉਹਨਾਂ ਨੂੰ ਜੀ ਆਇਆਂ ਕਹਾਂਗਾ ਉੱਥੇ ਮੈਂ ਡਾਕਟਰ ਟੀਨਾ ਹੋਰਾਂ ਨੂੰ ਉਹਨਾਂ ਦੀ ਸਕਸੈਸਫੁੱਲ 5K ਵਿਸਾਖੀ ਜਿਹੜੀ ਹੈ ਉਹਨਾਂ ਨੇ ਰਨ ਕਰਵਾਈ ਉਹਦੀ ਵੀ ਮੁਬਾਰਕਬਾਦ ਦੇਵਾਂਗਾ। ਔਰ ਡਾਕਟਰ ਸਾਹਿਬ ਤੁਹਾਨੂੰ ਸਾਡੇ ਸਟੂਡੀਓ 'ਚ ਆਉਣ 'ਤੇ ਨਿੱਘੀ ਜੀ ਆਇਆਂ। ਡਾਕਟਰ ਸਾਹਿਬ, ਸਭ ਤੋਂ ਪਹਿਲਾਂ ਮੈਂ ਅੱਜ ਦੇ ਪ੍ਰੋਗਰਾਮ ਦੇ ਵਿੱਚ ਤੁਹਾਡੇ ਕੋਲੋਂ ਇਹ ਜਾਣਨਾ ਚਾਹਾਂਗਾ ਕਿ ਤੁਹਾਡਾ ਇਲਾਕਾ ਔਰ ਤੁਹਾਡਾ ਜਿਹੜਾ ਵਿੱਦਿਅਕ ਸਫ਼ਰ ਹੈ ਉਹ ਸਪੋਰਟਸ ਵੱਲ ਨੂੰ ਜਾਣ ਦੇ ਕੀ ਕਾਰਨ ਸਨ ਔਰ ਕਿਸ ਪੱਧਰ ਤੱਕ ਤੁਸੀਂ ਜਿਹੜੀ ਹੈ ਉਹ ਵਿੱਦਿਆ ਲਈ? ਡਾਕਟਰ ਸਾਹਿਬ, ਮੈਂ ਸੰਗਰੂਰ ਦੇ ਵਿੱਚ ਪੈਦਾ ਹੋਇਆ ਅਤੇ ਉੱਥੇ ਹੀ ਮੇਰਾ ਜਿਹੜਾ ਵਿੱਦਿਅਕ ਦਾ ਉੱਥੋਂ ਸ਼ੁਰੂ ਹੋਇਆ। ਉਸ ਜਗ੍ਹਾ ਤੋਂ ਮੈਂ ਗ੍ਰੈਜੂਏਸ਼ਨ ਕੀਤੀ ਹੈ। ਜਦੋਂ ਮੈਂ ਕਾਲਜ ਦੇ ਵਿੱਚ ਪੜ੍ਹਦਾ ਹੁੰਦਾ ਸੀ ਉਸ ਵੇਲੇ ਸਾਡੇ ਜਿਹੜੇ ਸਪੋਰਟਸ ਦੇ ਡਾਇਰੈਕਟਰ ਸੀ ਉਹ ਪ੍ਰੋਫੈਸਰ ਸੋਮਨਾਥ ਹੁੰਦੇ ਸੀ ਜੀ। ਉਹ ਕਿਸੇ ਵੇਲੇ ਉਹਨਾਂ ਨੇ ਇੰਡੀਆ ਦੀ 2 ਗੇਮਾਂ ਦੀ ਕਪਤਾਨੀ ਕੀਤੀ ਹੈ ਜੀ। ਇੰਡੀਆ ਦੀ ਅਥਲੈਟਿਕਸ ਟੀਮ ਦੇ ਕਪਤਾਨ ਸੀ ਉਹ 48 ਓਲੰਪਿਕਸ ਦੇ ਵਿੱਚ, ਫਿਰ ਇੰਡੀਆ ਦੀ ਵਾਲੀਬਾਲ ਟੀਮ ਦੇ ਕਪਤਾਨ ਸੀ 1950 ਦੇ ਵਿੱਚ ਜਦੋਂ ਰਸ਼ੀਆ ਖੇਲਣ ਗਏ ਨੇ ਜੀ। ਉਹ ਜਿਹੀ ਸ਼ਖਸੀਅਤ ਸੀ ਅਤੇ ਮੈਂ ਉਹਨਾਂ ਤੋਂ ਬਹੁਤ ਪ੍ਰਭਾਵਿਤ ਹੋਇਆ। ਉਹਨਾਂ ਨੇ ਸਾਨੂੰ ਗਾਈਡ ਵੀ ਬਹੁਤ ਵਧੀਆ ਕੀਤਾ। ਉੱਥੋਂ ਜ਼ਿਆਦਾ ਗੇਮ ਦੇ ਵਿੱਚ ਇੰਟਰਸਟ ਪੈਣ ਲੱਗ ਗਿਆ ਅਤੇ ਮੈਂ ਉਸ ਵੇਲੇ ਗੇਮ ਦੇ ਵਿੱਚ ਸ਼ੁਰੂ ਕਰ ਦਿੱਤਾ। ਮੇਰੀ ਆਪਣੀ ਗੇਮ ਬਾਸਕਟਬਾਲ ਵੀ ਹੈ ਅਤੇ ਅਥਲੈਟਿਕਸ ਦੇ ਵਿੱਚ ਵੀ ਪਾਰਟੀਸਪੇਟ ਕਰਦਾ ਰਿਹਾ ਜੀ। ਅਤੇ 4 ਸਾਲ ਉੱਥੇ BA ਕਰਨ ਤੋਂ ਬਾਅਦ ਉਹਨਾਂ ਨੇ ਫਿਰ ਮੈਨੂੰ ਗਾਈਡ ਕੀਤਾ। ਮੈਂ ਆਪਣਾ ਫਿਜ਼ੀਕਲ ਐਜੂਕੇਸ਼ਨ ਦਾ ਡਿਪਲੋਮਾ ਕਰਨ ਵਾਸਤੇ YMCA ਕਾਲਜ ਮਦਰਾਸ ਚਲੇ ਗਿਆ, ਕਿਉਂਕਿ ਮਦਰਾਸ ਦਾ ਜਿਹੜਾ ਕਾਲਜ ਹਿੰਦੁਸਤਾਨ ਸਭ ਤੋਂ ਪੁਰਾਣਾ ਕਾਲਜ ਹੈ, 1920 ਦਾ ਸ਼ੁਰੂ ਹੋਇਆ। ਉਹਨਾਂ ਨੇ ਮੈਨੂੰ ਕਿਹਾ, ਗਾਈਡ ਕੀਤਾ ਕਿ ਜੇ ਤਾਂ ਫਿਜ਼ੀਕਲ ਐਜੂਕੇਸ਼ਨ ਜਾਣਾ ਸਭ ਤੋਂ ਵਧੀਆ ਕਾਲਜ ਮਦਰਾਸ, ਉੱਥੇ ਜਾਓ। ਉਸ ਜਗ੍ਹਾ ਤੋਂ ਮੈਂ ਮਾਸਟਰ ਡਿਗਰੀ ਕੀਤੀ ਹੈ ਫਿਜ਼ੀਕਲ ਐਜੂਕੇਸ਼ਨ ਦੀ, ਅਤੇ PhD ਜਿਹੜੀ ਕੀਤੀ ਉਹ ਮੈਂ ਪੰਜਾਬੀ ਯੂਨੀਵਰਸਿਟੀ ਬਾਅਦ ਦੇ ਵਿੱਚ ਕੀਤੀ ਹੈ। ਖੇਡਾਂ ਦਾ ਆਗਾਜ਼ ਮੈਨੂੰ ਉਸ ਜਗ੍ਹਾ ਤੋਂ ਸ਼ੁਰੂ ਹੋਇਆ ਜੀ। ਜੀ 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 ਕਿੰਨੇ ਕੁ ਨਾਮੀ ਖਿਡਾਰੀ ਜਿਹੜੇ ਆ ਤੁਹਾਡੇ ਹੱਥਾਂ ਦੇ ਵਿੱਚੋਂ ਨਿਕਲੇ, ਕੋਈ ਉਹਨਾਂ ਦਾ ਜ਼ਿਕਰ ਹੋਏਗਾ? ਬਾਸਕਟਬਾਲ ਦੇ ਵਿੱਚ ਮੈਂ ਜਦੋਂ ਜਲੰਧਰ ਸੀ ਉਸ ਵੇਲੇ ਬਾਸਕਟਬਾਲ ਦੇ ਵਿੱਚ ਮੈਂ 2 ਨਾਂ ਤਾਂ ਉਹ ਤੁਹਾਨੂੰ ਦੱਸੂੰਗਾ ਜਿਹਦੇ ਅਰਜਨਾ ਵਾਲੀ ਵਿਨਰ ਨੇ ਜਿਹੜੇ ਮੇਰੇ ਸਟੂਡੈਂਟ ਰਹੇ ਨੇ। ਪਹਿਲਾਂ ਸੀ ਅਨਿਲ ਕੁਮਾਰ ਪੁੰਜ, ਕਪੂਰਥਲੇ ਰਹਿਣ ਵਾਲਾ, ਉਹ ਅਰਜਨਾ ਅਵਾਰਡ ਨੂੰ ਬਾਸਕਟਬਾਲ ਦੇ ਵਿੱਚ ਮਿਲਿਆ। ਅਨਿਲ ਪੁੰਜ, ਹਾਂਜੀ, ਅਨਿਲ ਕੁਮਾਰ ਪੁੰਜ ਜੀ।
उन्होंने बास्केटबॉल दे विच इंडिया का वाइस कैप्टन सीगे ते उस तो बाद अजकल रीसेंटली सज्जन सिंह चीमा एस पी रिटायर हुए ने वो भी साढ़े को 3 साल पढ़े ने उन्होंने बी ए की है वह भी अर्जुन अवार्ड विनर है उस दिन वो तो उन्होंने दोनों छड़ के बाकी काफ़ी स्टूडेंट जोड़े इंटरनेशनल भी हुए ने और बहुत ने जिन्होंने के आल इंडिया इंटर यूनिवर्सिटी जीती भी है इस करके वो जो पीरियड से जो मैं स्पोर्ट्स कॉल के 1961 तो लैके 78 तक दे विच साढ़े मैं कहूँगा कि बहुत वड्डी कंट्रीब्यूशन सी इंटर यूनिवर्सिटी ते नैशनल लैवल तक साढ़ी अपनी गेम दे विच कल्ली इस गेम दे विच नहीं ईवन अथलैटिक्स दे विच फुटबॉल दे विच हॉकी दे विच साढ़े प्लेयर स्पोर्ट्स कॉलेज दे उन्होंने इंडिया की हर एक टीम दे मैंबर होंदे सी ते उस वेले कॉलेज की बहुत चढ़त सी और जिवें प्रताप सिंह कैरों ने 1960 के ओलंपिक्स तो बाद जो हिंदुस्तान हार गया सी जिम्मेवारी लई सी कि जे हार है तो पंजाब करके हुई है सानू कोई उपाय करने चाहिए कि खेडां नूं उपर लैके जाइए उन्होंने स्पोर्ट्स कॉलेज शुरू किया तो मैं कहूँगा उस वेले उन्होंने जो सपना सी वो काफ़ी हद तक पूरा होया जो ये स्पोर्ट्स कॉलेज ने बहुत स्टूडेंट गेमां दे विच इंटरनेशनल ते दित्ते राइट 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 डॉक्टर अवतार सिंह टीना जी मैं इन्हें गलबात के नाल नाल तुहाडे वालों भी जावांगा अज स्पोर्ट्स खेत्र दे विच एडे वड्डे पद्धर दे उत्ते गिरावट क्यों है सरकारां भी ध्यान नहीं दे रही और खास तौर दे उत्ते वड्डे वड्डे नामी जिहड़े मतलब अर्जुन अवार्डी है वह पंजाब दे विच बैठे हुए ने चाहे वह सज्जन सिंह चीमा है चाहे वह सुरेंद्र सिंह सोढ़ी है जिहड़े रिटायर हुए बैठे ने उन्हां दा सरकारां एडवांटेज ही नहीं लै रही की कारण है क्योंकि इस तरह होंदा कि जदों तक हुण खेल उत्थे इस तरह हो गए कि पैसे चाहिए ने हर आदमी कहता भी पैसे तो गवर्नमेंट नूं इस गल की कोई चिंता नहीं होंगी कि भई उन्होंने जो हम पिछले आए थे अपने बीबी मान कौर के जोड़े गुरदेव सिंह जी वो कहते कि मैं उत्थे पटियाले हूँ असं उत्थे गाइड करीद पर गवर्नमेंट का कोई ध्यान नहीं कि बच्चे की करते हैं की नहीं करते कई बार साढ़े को फंड भी नहीं होंगे उन्होंने खाण पिलाने वास्त भी पैसे जो कि मतलब कि यह नहीं होंगे कहते असी अपने को लोग जो होंगे ने कम्यूनिटी सर्विस वाले वो आके हेल्प करते हैं कि सानू दुध वगैरह का खर्चा या खाण पीने का खर्चा उत्ते गवर्नमेंट इन कामों से बिल्कुल ध्यान नहीं देती वो अजक मोस्टली की जी पॉलिटिक्स होर तरह की हो गई कि इन चीज़ों वाल उन्होंने ध्यान नहीं है जी पुनिया साहब हर सरकार जी होंगी है मैं कहना हर मुल्क ने अपनी स्पोर्ट्स वास्ते वक्रे फंड रखे हुए होंगे ने और अज की तरीक दे विच हिंदुस्तान नूं मैं किसी खेड का निंदक नहीं खेड खेड हुंदी है खेड की कोई जबान नहीं हुंदी खेड के अंदर जज्बात हुंदा पर की कारण है कि अज की तरीक दे विच हर एक मसले के उत्ते हर एक सरकार जिहड़ी है विशेष फंड जिहड़ी है वो स्पोर्ट्स कोटे वास्ते रखदी है विशेष उन्हां दा बजट हुंदा है पर भारत की सरकार नूं क्रिकेट तो बिना सौदेबाजी तो बिना होर कोई भी खेड अज पूरे हिंदुस्तान दे विच नज़र नहीं आ रही तो सब तो जिम्मे है पंजाब खेडों का स्तर इस वेले बहुत गिरया होया ते मैं इस वे जो एक बहुत वड्डा कारण यह है कि आप शुरू तो कह हुंदे सी आपां खेडां नूं ग्रास रूट से लेके जाइए निचले पद्धर से लेके जाइए यह जी एक कहावत बन गया हुण तक इन्ने सालों में मैं देखा है असी ग्रास रूट तक अज पहुँचे नहीं रहे अज की तरीक दे विच जिन्हें पंजाब के स्कूल ने उहदे विच तकरीबन 50% तो वध स्कूल इहो जिहे जिन्हां विच फिजिकल एजुकेशन का टीचर ही नहीं है टीचर नहीं जब स्कूल दे विच टीचर ही नहीं तो उन्हां बच्चों का जिहड़ा टैलेंट फजूल जा रहा है वह हार्नस किवें होना किस दिखेगा उस तो बाद यही कॉलेज स्कूलों विच नहीं यह कॉलेजों दे विच भी यह है कॉलेजों दे विच पोस्टां गवर्नमेंट कॉलेजों दे विच भी इस वे 50% ते 60% दे विच खाली पईआं ने उन्होंने भर नहीं रही गवर्नमेंट इस करके नहीं भर रही कि तनखा बहुत ज़्यादा देनी पैंदी है प्रिंसीपल ने यह कहा कि तुम कॉन्ट्रैक्ट के उपर रख लो कॉन्ट्रैक्ट के उपर उन्होंने 10,000 तो लैके 12,000 प्रोफेसर मिल जाता है जे रेगूलर रखने तो उन्होंने पैसे बहुत देने पैंदे हुण इस करके जब उन्होंने बच्चों कोई हारनेस करने वाला नहीं शाम कट्ठे करने वाला नहीं गेम खिलाना नहीं चाहे स्कूल लैवल से उपर लैवल से बच्चों किवें होगा जिहड़ी जगह के उपर मैं कुछ एग्जाम्पल जी तुहानूं देवां जिवें हरियाणा के कुछ सेंटर यह जे बने हुए हैं जिथे कि कॉन्सेंट्रेशन हुई है तो आले दुआले इलाके नूं पता है कि इतने बच्चों नूं शाम नूं भेजने भेजना है इस करके कुछ गेमां दे विच हरियाणे वाले अगे बॉक्सिंग दे विच रैसलिंग दे विच साडे नालों किते अगे ने
ਆ ਜਿਹੜੀਆਂ ਹੁਣ ਕਾਮਨਵੈਲਥ ਗੇਮਸ ਹੋਈਆਂ ਨੇ ਇਹਦੇ ਵਿੱਚ ਆਪਾਂ ਦੇਖੀਏ ਤਾਂ ਬੜਾ ਅਫਸੋਸ ਜਿਹਾ ਲੱਗਦਾ ਹੈ ਕਿ ਪੰਜਾਬ ਦੇ ਸਿਰਫ 3 ਮੈਡਲ ਅਤੇ ਉਹਨਾਂ ਦੇ 22 ਮੈਡਲ ਹਰਿਆਣੇ ਦੇ, ਔਰ 22 ਦੇ ਵਿੱਚੋਂ ਗੋਲਡ, ਬਰੌਂਜ਼ ਅਤੇ ਸਿਲਵਰ ਵੀ ਰਾਈਟ, ਅਤੇ ਸਾਡੇ ਸਿਰਫ ਇੱਕ ਗੋਲਡ ਵੀ ਨਹੀਂ ਹੈ, ਇੱਕ ਸਾਡੇ ਸਿਲਵਰ ਹੈ ਅਤੇ 2 ਬਰੌਂਜ਼ ਮੈਡਲ ਨੇ। ਇਸ ਕਰਕੇ ਕਿ ਜਦ ਤੱਕ ਆਪਾਂ ਬੱਚਿਆਂ ਨੂੰ, ਮੁੰਡੇ ਕੁੜੀ ਨੂੰ ਇਕੱਠੇ ਨਹੀਂ ਕਰ ਸਕਦੇ ਜੰਗ ਦੇ ਵਿੱਚ, ਉਹਨੂੰ ਸ਼ਾਮ ਗਰਾਊਂਡ 'ਚ ਨਹੀਂ ਭੇਜ ਸਕਦੇ, ਬੱਚੇ ਦੂਏ ਪਾਸੇ ਜਾਈ ਜਾਂਦੇ ਨੇ, ਗਲਤ ਪਾਸੇ ਜਾ ਰਹੇ ਨੇ ਗਲਤ, ਜਿਵੇਂ ਇੱਕ ਬਹੁਤ ਬੜਾ ਬਿਮਾਰੀ ਪੈ ਗਈ ਅੱਜ ਕੱਲ੍ਹ ਡਰੱਗਸ ਦੀ, ਨਿੱਕੇ ਨਿੱਕੇ ਬੱਚੇ 9ਵੀਂ 10ਵੀਂ ਵਾਲੇ ਉਹ ਵੀ ਡਰੱਗਸ ਵਿੱਚ ਪੈ ਗਏ, ਅਤੇ ਉਹ ਜਿਹੜੇ ਬੱਚਿਆਂ ਨੇ ਜਵਾਨੀ ਦੇ ਵਿੱਚ ਵੱਡੇ ਹੋਣਾ, ਤਕੜੇ ਹੋਣਾ, ਗੇਮਾਂ ਖੇਡਣੀਆਂ ਨੇ, ਉਹਦਾ ਤਾਂ ਸਾਰੀ ਐਨਰਜੀ ਤਾਂ ਖਤਮ ਹੋ ਰਹੀ ਹੈ, ਇਸ ਕਰਕੇ ਸਾਡਾ ਟੈਲੈਂਟ ਆ ਨਹੀਂ ਸਿਆ ਉੱਪਰ। ਤੁਸੀਂ ਅਧਿਆਪਨ ਦੇ ਕਿੱਤੇ ਦੇ ਵਿੱਚ ਰਹੇ ਹੋ, ਫਿਜ਼ੀਕਲ ਐਜੂਕੇਸ਼ਨ ਦੇ ਵਿੱਚ ਰਹੇ ਹੋ, ਮੈਂ ਮੁੱਢ ਕਦੀਮ ਤੋਂ ਦੇਖਿਆ ਤਕਰੀਬਨ, ਮੈਂ ਸਮਝਾਂਗਾ ਕਿ ਮੈਨੂੰ, ਮੈਂ ਵੀ ਸਕੂਲਾਂ ਦੇ ਵਿੱਚ ਪੜ੍ਹਿਆ, ਜਿਹੜਾ ਫਿਜ਼ੀਕਲ ਐਜੂਕੇਸ਼ਨ ਦਾ ਅਧਿਆਪਕ ਹੈ ਸਕੂਲ ਦੇ ਵਿੱਚ ਵੀ ਇਹ ਫਿਤਰਤ ਹੈ, ਜਿਹੜੇ ਫਿਜ਼ੀਕਲ ਐਜੂਕੇਸ਼ਨ ਦੇ ਨਾਲ ਰਿਲੇਟਡ ਬੰਦੇ ਨੇ, ਚਾਹੇ ਜਿਸ ਨੂੰ ਅਸੀਂ DP ਮਾਸਟਰ ਕਹਿ ਦਿੰਦੇ ਹਾਂ ਜਾਂ PT ਮਾਸਟਰ ਕਹਿ ਦਿੰਦੇ ਹਾਂ, ਸਕੂਲਾਂ ਦੇ ਵਿੱਚ ਵੀ ਇਹ ਕਲਚਰ ਬਹੁਤ ਮੁੱਦਤ ਹੋ ਗਈ ਹੈ, ਇਹ ਡਿਵੈਲਪ ਹੈ ਕਿ PT ਅਤੇ DP ਮਾਸਟਰ ਦੇ ਜਾਂ ਜਿਹੜਾ ਫਿਜ਼ੀਕਲ ਐਜੂਕੇਸ਼ਨ ਦਾ ਟੀਚਰ ਹੈ, ਬਜਾਏ ਉਸਦੇ ਕਿ ਉਸਦੀ ਬੌਧਿਕਤਾ ਜਿਹੜੀ ਹੈ ਉਹ ਬੱਚਿਆਂ ਨੂੰ ਖਿਲਾਉਣ ਲਈ ਮਤਲਬ ਕੇਂਦਰਿਤ ਕੀਤੀ ਜਾਵੇ, ਉਹਨਾਂ ਦੇ ਹੱਥ ਦੇ ਵਿੱਚ ਡੰਡਾ ਫੜਾ ਦਿੱਤਾ ਜਾਂਦਾ ਵੀ ਜਿਵੇਂ ਇੱਧਰ ਉੱਧਰ ਭੱਜੇ ਫਿਰਦੇ ਨੇ ਨਿਆਣੇ, ਉਹਨਾਂ ਨੂੰ ਸਿੱਧੇ ਕਰਨ ਵਾਸਤੇ ਕੋਈ ਨਹੀਂ ਜੀ, DP ਮਾਸਟਰ ਆ ਗਿਆ, PT ਮਾਸਟਰ ਆ ਗਿਆ। ਮਤਲਬ ਮੈਂ ਸਮਝਾਂਗਾ ਕਿ ਸਾਡੀ ਸਾਈਕੀ ਦੇ ਵਿੱਚ ਇਹ ਬਿਠਾਲ ਦਿੱਤਾ ਕਿ DP ਮਾਸਟਰ ਜਾਂ PT ਮਾਸਟਰ ਜਿਹੜਾ ਹੈ ਉਹ ਦੌੜੀਆਂ ਫਿਰਦੀਆਂ ਭੇਡਾਂ ਇਕੱਠੀਆਂ ਕਰਨ ਵਾਲੇ ਮਾਸਟਰ ਨੇ, ਨਾ ਕਿ ਉਹ ਫਿਜ਼ੀਕਲ ਐਜੂਕੇਸ਼ਨ ਨੂੰ ਡਿਵੈਲਪ ਕਰਨਾ। ਇਹ ਸਾਈਕੀ ਕਿਉਂ ਡਿਵੈਲਪ ਹੋਈ? ਅੱਜ ਦੀ ਨਹੀਂ ਹੈ, ਮੁੱਦਤ ਹੋਈ ਇਹ ਸਾਈਕੀ ਡਿਵੈਲਪ ਹੋਈ। ਇਹ ਤੁਹਾਡੀ ਗੱਲ ਠੀਕ ਹੈ ਬਿਲਕੁਲ, ਇਹ ਸਾਈਕੀ ਇਸੇ ਕਰਕੇ ਡਿਵੈਲਪ ਹੋਈ ਹੈ, ਜੇ ਆਪਾਂ ਉਹ ਜਿਹੜੇ ਵੈਲ ਕੁਆਲੀਫਾਈਡ ਟੀਚਰਸ ਨੇ ਸਕੂਲ ਦੇ ਵਿੱਚ, ਜੇ ਉਸ ਨੂੰ ਪ੍ਰਿੰਸੀਪਲ ਕਹੇ ਬਈ ਇਹ ਜਿਵੇਂ ਤੁਸੀਂ ਕਿਹਾ ਭੇਡਾਂ ਬੱਕਰੇ ਮੈਂ ਕੱਲੇ ਇਕੱਠਾ ਨਹੀਂ ਕਰਨਾ, ਇਹਨਾਂ ਨੂੰ ਗਰਾਊਂਡ ਦੇ ਵਿੱਚ ਲੈ ਕੇ ਜਾਣਾ, ਉਹਨਾਂ ਨੂੰ ਜਿਵੇਂ ਫਰਜ਼ ਕਰੋ ਟਰੈਕ ਦੇ ਵਿੱਚ ਇਹਨਾਂ ਨੂੰ ਤੁਸੀਂ ਦੌੜਾਉਣਾ, ਜਾਂ ਕੋਈ 2 ਗੇਮਾਂ ਲੈ ਲਓ, ਮੈਂ ਨਹੀਂ ਕਹਿੰਦਾ ਕਿ ਸਕੂਲ ਦੇ ਵਿੱਚ ਸਾਰੀਆਂ ਗੇਮਾਂ ਹੋਣ, ਐਟਲੀਸਟ 2 ਜਾਂ 3 ਜਾਂ 4 ਗੇਮਾਂ, ਜਿਵੇਂ ਕਬੱਡੀ ਰੱਖ ਸਕਦੇ ਨੇ, ਰੈਸਲਿੰਗ ਰੱਖੀ ਜਾ ਸਕਦੀ ਹੈ, ਟਰੈਕ ਐਂਡ ਫੀਲਡ ਤਾਂ ਕਿਤੇ ਵੀ ਕੀਤਾ ਜਾ ਸਕਦਾ, ਇਹ ਨਹੀਂ ਮੈਂ ਕਹਿੰਦਾ ਹਰ ਜਗ੍ਹਾ ਸਿੰਥੈਟਿਕ ਟਰੈਕ ਹੀ ਹੋਵੇ, ਪਰ ਜੇ ਉਹ ਟੀਚਰਸ ਨੂੰ ਪ੍ਰਿੰਸੀਪਲ ਕਹੋ ਜਾਂ ਹੈੱਡ ਮਾਸਟਰ ਕਹਿਣਗੇ ਤਾਂ ਸਰਟਨਲੀ, ਜੇ ਉਹਨੂੰ ਸਿਰਫ ਇਹੀ ਕਹਿਣਾ ਤੁਸੀਂ ਡੰਡਾ ਰੱਖ ਕੇ ਬੈਠ ਕੇ ਉਹਨਾਂ ਨੂੰ ਇਕੱਠੇ ਕਰ ਦਿਉ, ਤਾਂ ਫਿਰ ਤਾਂ ਪਰਪਸ ਸੋਲਵ ਨਾ ਹੋਇਆ, ਉਹਨੂੰ ਰੱਖਿਆ ਕਿਸ ਪਰਪਸ ਵਾਸਤੇ? ਹੁਣ ਫਿਜ਼ੀਕਲ ਐਜੂਕੇਸ਼ਨ ਟੀਚਰ ਬੱਚਿਆਂ ਨੂੰ ਖੇਡਾਂ ਵਾਸਤੇ ਉਹਨਾਂ ਨੂੰ ਪਾਰਟੀਸਪੇਟ ਕਰਾਓ, ਜਿਹੜਾ ਅੱਛਾ ਟੈਲੈਂਟ ਹੈ ਉਹਨੂੰ ਅੱਗੇ ਲੈ ਕੇ ਜਾ, ਅਤੇ ਆਪਣਾ ਪਰਪਸ ਤਾਂ ਉੱਥੇ ਡਿਫੀਟ ਹੋ ਜਾਂਦਾ ਜਦੋਂ ਆਪ ਉੱਧਰ ਤਾਂ ਧਿਆਨ ਨਹੀਂ ਦੇ ਰਹੇ। ਉਹਦੇ ਕਾਰਨ ਕਈ ਵਾਰ ਕਹਿੰਦੇ ਜੀ ਸਾਡੇ ਕੋਲ ਗਰਾਊਂਡ ਨਹੀਂ ਹੈ, ਸਾਡੇ ਕੋਲ ਪੈਸਾ ਨਹੀਂ ਹੈ, ਜੇ ਹੈ, ਪਰ ਇਹ ਤਾਂ ਗਵਰਨਮੈਂਟ ਦਾ ਫਰਜ਼ ਬਣਦਾ ਕਿ ਆਪ ਉਸ ਚੀਜ਼ ਪ੍ਰੋਵਾਈਡ ਕਰੀਏ, ਇਨਫਰਾਸਟ੍ਰਕਚਰ ਬੱਚਿਆਂ ਵਾਸਤੇ ਕ੍ਰੀਏਟ ਕਰਨਾ ਪੈਂਦਾ, ਉਹ ਕਰਨਾ ਵੀ ਚਾਹੀਦਾ ਤਾਂ ਹੀ ਬੱਚੇ ਖੇਲਣਗੇ। ਉਹਦੇ ਵਿੱਚ ਮੈਂ ਕਹੂੰਗਾ ਬੱਚਿਆਂ ਦੀ ਕੋਈ ਗਲਤੀ ਨਹੀਂ, ਸਾਡੇ ਹੈ ਤਾਂ ਸਿਰਫ ਐਡਮਿਨਿਸਟ੍ਰੇਸ਼ਨ ਦੀ ਹੈ, ਚਾਹੇ ਐਡਮਿਨਿਸਟ੍ਰੇਸ਼ਨ ਸਕੂਲ ਲੈਵਲ 'ਤੇ ਹੈ, ਕਾਲਜ ਲੈਵਲ ਤਾਂ ਹਾਇਰ ਲੈਵਲ 'ਤੇ ਹੈ, ਉਹ ਤਾਂ ਸਾਡਾ ਫਰਜ਼ ਬਣਦਾ। ਗਵਰਨਮੈਂਟਾਂ ਜਿੱਥੇ ਵੀ ਹੈ, ਜਿਹੜੇ ਵੀ ਮੁਲਕ ਨੇ, ਜਿਹੜੇ ਵੀ ਸਟੇਟ ਨੇ ਤਰੱਕੀ ਕੀਤੀ ਹੈ, ਉਹਨਾਂ ਨੇ ਆਪਣੇ ਸਕੂਲ ਕਾਲਜ ਨੂੰ ਬਹੁਤ ਵਧੀਆ ਤਰੀਕੇ ਨਾਲ ਐਡਮਿਨਿਸਟ੍ਰੇਸ਼ਨ ਕਰਕੇ ਵਧੀਆ ਪ੍ਰੋਗਰਾਮ ਰੈਗੂਲੇਟ ਕੀਤੇ ਨੇ, ਅਤੇ ਰਿਜ਼ਲਟ ਬੱਚੇ ਆ ਜਾਂਦੇ ਨੇ, ਡੈਫੀਨੇਟਲੀ ਆਉਣਗੇ। ਜੀ 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 ਹਾਂ ਦੋਸਤੋ, ਅਸੀਂ ਡਾਕਟਰ ਭੁਪਿੰਦਰ ਸਿੰਘ ਪੂਨੀਆ ਔਰ ਡਾਕਟਰ ਅਵਤਾਰ ਸਿੰਘ ਟੀਨਾ ਨਾਲ ਗੱਲਬਾਤ ਦਾ ਸਿਲਸਿਲਾ ਇਸੇ ਤਰ੍ਹਾਂ ਜਾਰੀ ਰੱਖਾਂਗੇ, ਮਿਲਦੇ ਇੱਕ ਛੋਟੇ ਜਿਹੇ ਬ੍ਰੇਕ ਤੋਂ ਬਾਅਦ।